कोरोना वायरस की महामारी के चलद जिथे पूरा देश लॉकडाउन होया तो पंजाब भी करफ्यू लगा है उसते समाज सेवी लोग अपनी कीमती जाना की परवाह न करते आम लोगों तक रोज़मर्रा का समान पहुँचा रहे हैं। कुछ इस तरह ब्लाक वेरका अधीन आते पिंड सोहियां खुरद कलोनी लोग इंसाफ पार्टी के माझा जोन इंचार्ज अमरीक सिंह वरपाल के दिशा निर्देशों तहत कई गरीब परिवारों को सुखा राशन वंडिया गया। इस मौके पत्रकारों नाल गलबात करदिया राजविंदर सिंह राजू खत्री ने दसिया कि उन्हां वल्लों हर एक परिवार को घर घर जाके राशन दिता जा रहा है तो किसी को भी भुखा नहीं सौन दिता जाएगा और उन्हां वल्लों बैस ब्रदर का धन्यवाद भी किया गया। राजा कोटली की खास रिपोर्ट इंडिया क्राइम न्यूज। ਜਿਹੜਾ ਅੱਜ ਵੀਰ ਜੀ ਹੁਣੀ ਸੇਵਾ ਕਰ ਰਹੇ ਆ ਕਿੱਦਾਂ ਦਾ ਲੱਗਦਾ ਪਿਆ ਜੇ ਤੁਹਾਨੂੰ? ਬਹੁਤ ਵਧੀਆ। ਤੇ ਇਹਨਾਂ ਤੋਂ ਇਲਾਵਾ ਕੋਈ ਮੌਜੂਦਾ ਪੰਚਾਇਤ ਜਾਂ ਸਮੇਂ ਦੀ ਸਰਕਾਰ ਵੱਲੋਂ ਤੁਹਾਡੇ ਪਿੰਡ 'ਚ ਕੋਈ ਸਹੂਲਤ ਆਈ ਹੈ ਜੀ? ਨਾ, ਸਾਨੂੰ ਕੋਈ ਨਹੀਂ ਆਈ। ਅੱਛਾ ਜੀ। ਤੇ ਕੋਈ ਆਪਣੇ ਪਿੰਡ ਦੀ ਪੰਚਾਇਤ ਵੱਲੋਂ ਅਜੇ ਤੱਕ ਕੋਈ ਉਪਰਾਲਾ ਨਹੀਂ ਕੀਤਾ ਗਿਆ ਜਾਂ ਕੋਈ ਹੋਰ ਸਰਕਾਰੀ NGO ਆਈ ਹੋਵੇ? ਨਾ, ਕੋਈ ਨਹੀਂ। ਲਿਖ ਲੈ ਇੱਕ ਨਾਲ ਹੈ ਜਿਹਦੇ ਕੋਈ ਨਹੀਂ, 10-10-20 ਦਿਨ ਹੋ ਗਏ ਕੋਈ ਨਹੀਂ ਪਹੁੰਚਦਾ। ਕਿੰਨੇ ਲੋਕ ਨੇ ਜਿਹੜੇ ਗਰੀਬੀ ਰੇਖਾ ਹੇਠ ਆ ਜਾਂਦੇ ਜੀ? ਇੱਥੇ ਕਿੰਨੇ ਲੋਕ ਆ ਜੀ ਜਿਹੜੇ ਗਰੀਬੀ ਹੇਠ ਆਉਂਦੇ? ਇੱਥੇ ਬਹੁਤ ਸਾਰੇ, ਸਾਰੀ ਕਲੋਨੀ ਗਰੀਬਾਂ ਦੀ ਹੈ, ਸਾਰੇ ਤਾਂ ਦਿਹਾੜੀਦਾਰ ਆ। ਸਾਰੀ ਦਿਹਾੜੀਦਾਰ, ਸਾਰੀ ਗਰੀਬੀ ਹੈ, ਗਰੀਬੀ ਆ ਵਿਚਾਰੇ। ਅਜੇ ਤੱਕ ਕਿਸੇ ਨੇ ਕੋਈ ਉਪਰਾਲਾ ਨਹੀਂ ਕੀਤਾ? ਕੋਈ ਨਹੀਂ ਆਇਆ ਇੱਥੇ, ਕੋਈ ਸੌਦਾ ਦੇਸ਼ ਨਹੀਂ ਇੱਥੇ ਕੋਈ ਵੀ ਆਇਆ, ਕੋਈ ਹੈਲਪ ਨਹੀਂ ਕਿਸੇ ਨੇ ਵੀ ਕੀਤੀ। ਅੱਜ ਪ੍ਰਧਾਨ ਜੀ ਸੇਵਾ ਕਰਦੇ ਪਏ ਜੇ ਕੀ ਕਹਿਣਾ ਚਾਹੁੰਦੇ ਜੀ ਇਹਨਾਂ ਬਾਰੇ? ਇਹ ਤਾਂ ਬਹੁਤ ਵਧੀਆ, ਇਹਦਾ ਧੰਨਵਾਦ, ਸ਼ੁਕਰ ਕਰਦੇ ਅਸੀਂ ਇਹਦਾ। ਇਹਨੇ ਗਰੀਬਾਂ ਦੀ ਸੁਣੀ ਹੈ, ਦੇਣ ਦਿਆ ਗਰੀਬਾਂ ਨੂੰ। ਇਹ ਜਿਹੜੀ ਸੇਵਾ ਕਰਦੇ ਪਏ ਜੀ ਕਿਹੜੇ ਤਰੀਕੇ ਨਾਲ ਕਰਦੇ ਪਏ, ਕਿੱਥੋਂ ਆਉਂਦੀ ਜੀ? ਇਹ ਸਾਡੇ ਬੈਸ ਬ੍ਰਦਰ ਜੀ, ਮੇਰੇ ਬੌਂਸ ਅਮਰੀਕ ਸਿੰਘ ਵਰਪਾਲ ਜੀ, ਜਿਨ੍ਹਾਂ ਦੀ ਰਹਿਨੁਮਾਈ ਦੇ ਹੇਠ ਮੈਂ ਕੱਲ੍ਹ 20 ਪਰਿਵਾਰਾਂ ਨੂੰ ਕੱਲ੍ਹ ਰਾਸ਼ਨ ਵੰਡਿਆ ਸੀ, 30 ਪਰਿਵਾਰਾਂ ਨੂੰ ਅੱਜ ਵੰਡਿਆ ਵਾ ਲੋਕ ਇਨਸਾਫ ਪਾਰਟੀ ਵੱਲੋਂ। ਕਿਹੜੇ ਕਿਹੜੇ ਪਿੰਡ ਦੇ ਵਿੱਚ ਵੰਡਦੇ ਪਏ ਜੀ? ਮੈਂ ਸਿਰਫ ਅਜੇ ਆਪਣਾ ਪਿੰਡ ਹੀ ਕਵਰ ਕਰਨ ਡਿਆ ਨਾਲ, ਹੋਰ ਅੱਗੇ ਜੋ ਵੀ ਪਰਿਵਾਰ ਕੋਈ, ਜੇ ਮੈਨੂੰ ਕੱਲ੍ਹ 20 ਘਰਾਂ ਦਾ ਰਾਸ਼ਨ ਆਇਆ ਤਾਂ ਮੈਂ 20 ਘਰਾਂ ਨੂੰ ਹੀ ਵੰਡਾਂਗਾ। ਮਤਲਬ ਔਨ ਦੀ ਸਪੋਰਟ ਜਿੰਨਾ ਚਿਰ ਲੋਕਡਾਊਨ ਚੱਲਦਾ ਰਹੂਗਾ ਉਨਾ ਚਿਰ ਮੇਰੇ MLA ਸਾਹਿਬ ਬੈਂਸ ਬ੍ਰਦਰ ਜੀ ਮੇਰੀ ਹੈਲਪ ਕਰਦੇ ਰਹਿਣਗੇ। ਸਾਡੇ ਸੂਬਾ ਪ੍ਰਧਾਨ ਅਮਰੀਕ ਸਿੰਘ ਵਰਪਾਲ ਮੇਰੀ ਬਹੁਤ ਸਹਾਇਤਾ ਕਰਦੇ ਆ ਜੀ। ਨਾ ਜੀ, ਸਾਡੇ ਪਿੰਡ ਦੀ ਸਮੇਂ ਦੀ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਹੋਈ। ਪਾਣੀ ਵਾਲੇ ਟੂਟੀਆਂ ਜਿਹੜੀਆਂ ਉਹ ਬੰਦ ਹੋਈਆਂ ਵਾ, ਕਿਸੇ ਨੂੰ ਕੋਈ ਰਾਸ਼ਨ ਨਹੀਂ ਮਿਲ ਰਿਹਾ। ਸਗੋਂ ਔਨ ਦੀ ਸਪੋਰਟ ਸਮੇਂ ਦੀ ਸਰਕਾਰ ਨੂੰ ਇਹ ਗੱਲ ਚਾਹੀਦੀ ਸੀ ਕਿ ਪਿੰਡਾਂ ਪਿੰਡਾਂ ਦੇ ਵਿੱਚ ਸਰਪੰਚ ਜਿਹੜੇ ਆ ਆਪਣਾ ਸਾਰਿਆਂ ਨੂੰ ਰਾਸ਼ਨ ਦੇਣ, ਜਿਹੜੇ ਭੁੱਖਮਰੀ ਦੇ ਨਾਲ ਅੰਦਰ ਜੂਝਣ ਡੇ ਹੈਗੇ, ਕੰਮ ਕਰਨਾ ਤਾਂ ਕਿਸੇ ਦੇ ਕੋਲ ਹੈ ਹੀ ਨਹੀਂ ਆ। ਅਤੇ ਆਪਾਂ ਜੇ ਸਰਪੰਚ ਆਪਾਂ ਅਕਾਲੀ ਪਾਰਟੀ ਵੱਲੋਂ ਜਾਂ ਕਾਂਗਰਸ ਵੱਲੋਂ ਬਣੇ ਹੈਗੇ ਅਤੇ ਆਪਾਂ ਕੁਛ ਨਾ ਕੁਛ ਤਾਂ ਕਰੀਏ। ਕਰੋਨਾ ਵਾਇਰਸ ਦੀ ਜਿਹੜੀ ਬਿਮਾਰੀ ਆ ਨਾ, ਇਹਦੇ ਤੋਂ ਸੰਭਾਵਨਾ ਮੈਂ ਇਹੋ ਦੇਣਾ ਚਾਹੁੰਦਾ ਕਿ ਆਪਣੇ ਘਰਾਂ ਦੇ ਵਿੱਚ ਸੇਫ ਰਹੋ, ਪੁਲਿਸ ਪ੍ਰਸ਼ਾਸਨ ਦੀ ਮਦਦ ਕਰੋ। ਸਾਨੂੰ ਸੁਰੱਖਿਆ ਵਾਸਤੇ ਉਹ ਘਰਾਂ ਤੋਂ ਬਾਹਰ ਨੇ ਪੰਜਾਬ ਪੁਲਿਸ ਦੇ ਅਧਿਕਾਰੀ, ਅਤੇ ਅਸੀਂ ਉਹਨਾਂ ਦੀ ਸੁਰੱਖਿਆ ਵਾਸਤੇ ਆਪਣੇ ਘਰਾਂ 'ਚ ਰਹਿ ਗਏ। ਬਾਕੀ ਸਮਾਂ ਤਾਂ ਇਸ ਤਰ੍ਹਾਂ ਬਤੀਤ ਹੁੰਦਾ ਹੀ ਜਾਣਾ, ਜੇ ਅੱਗੇ 1.5 ਮਹੀਨਾ ਹੋ ਗਿਆ ਗਾ ਤਾਂ ਗਾੜੀ ਵੀ ਲੰਘ ਹੀ ਜਾਣਾ। इंडिया क्राइम न्यूज़, जुल्म के